ਸ਼ਸਤਰਕਲ ਤੋਂ ਸਟੇਕ੍ਰੋ ਡੇਲੀ ਪੋਸਟ ਪੰਜਾਬੀ ਮੈਸ ਨੈਨਾ ਸਿੱਧੂ ਮਸੂਏ ਦਾ ਐਸਵਾਈਐਲ ਗਾਣੇ ਲੀਕ ਹੋਣ ਤੋਂ ਬਾਅਦ ਜਿਹੜਾ ਇੱਕ ਹੋਰ ਗਾਣਾ ਲੀਕ ਹੋ ਚੁੱਕਾ ਹੈ ਸੋ ਦੱਸਦੀ ਕਿ ਇੱਕ ਹੋਰ ਗਾਣਾ ਜਿਹੜਾ ਸਿੱਧੂ ਮਸੂਏ ਦਾ ਲੀਕ ਹੋਇਆ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਐਫਆਈਆਰ ਵੀ ਦਰਜ ਕੀਤੀ ਗਈ ਤੋਂ ਤੱਕ ਚਾਰ ਲੋਕਾਂ ਤੇ ਵੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੋ ਐਸਵਾਈਐਲ ਗਾਣਾ ਲੀਕ ਹੋਣ ਤੋਂ ਬਾਅਦ ਸਿੱਧੂ ਮਸੂਏ ਦੇ ਪਰਿਵਾਰ ਦੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਸਿੱਧੂ ਮਸੂਏ ਦੇ ਗਾਣਿਆਂ ਨੂੰ ਜਿਹੜਾ ਲੀਕ ਕੀਤਾ ਜਾ ਰਿਹਾ ਲੀਕ ਕਰਨ ਵਾਲਿਆਂ ਤੇ ਸਖਤ ਜੜੀਆ ਕਾਰਵਾਈ ਹੋਣੀ ਚਾਹੀਦੀ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਸੀ ਜਿਹੜਾ ਐਸਵਾਈਐਲ ਗਾਣਾ ਲੀਕ ਹੋਇਆ ਸੀ ਤੇ ਇੱਕ ਵਿਅਕਤੀ ਨੂੰ ਜਿਹੜਾ ਕਾਬੂ ਕੀਤਾ ਸੀ ਤੇ ਪੰਚਾਇਤ ਨੂੰ ਨਾਲ ਲਿਆ ਕੇ ਤੇ ਸਿੱਧੂ ਮਸੇਵਾਲ ਦੇ ਘਰ ਜਿਹੜਾ ਉਸ ਵਿਅਕਤੀ ਨੂੰ ਲਿਜਾਇਆ ਗਿਆ ਸੀ ਹਾਲਾਂਕਿ ਸਿੱਧੂ ਮਸੇਵਾਲ ਦੀ ਮਾਤਾ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਸਖਸ਼ ਨੂੰ ਜਿਹੜਾ ਮਾਫ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਪੁਲਿਸ ਨੇ ਕਹਿ ਦਿੱਤਾ ਸੀ ਕਿ ਅਗਰ ਹੁਣ ਕੋਈ ਇਹੋ ਜਿਹੀ ਕੋਈ ਹਰਕਤ ਕਰੇਗਾ ਸਿੱਧੂ ਮਸੇਵਾਲ ਦਾ ਗਾਣਾ ਕੋਈ ਲੀਕ ਕਰੇਗਾ ਉਸਤੇ ਖਿਲਾਫ ਜੜੀ ਆ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਹੁਣ ਜਿਹੜਾ ਇੱਕ ਹੋਰ ਗਾਣਾ ਸਿੱਧੂ ਮਸੂਅਲ ਦਾ ਲੀਕ ਹੁੰਦਾ ਹੈ ਐਸਵਾਈਐਲ ਗਾਣੇ ਤੋਂ ਬਾਅਦ ਸਿੱਧੂ ਮਸੂਅਲ ਦਾ ਗਾਣਾ ਇੱਕ ਹੋਰ ਲੀਕ ਹੁੰਦਾ ਜਿਸ ਤੋਂ ਬਾਅਦ ਪੁਲਿਸ ਨੇ ਸਖਤ ਕਾਰਵਾਈ ਕਰਦਿਆਂ ਚਾਰ ਲੋਕਾਂ ਨੂੰ ਜੜਾਇਆ ਗ੍ਰਿਫਤਾਰ ਕੀਤਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਗਾਣਾ ਕਿਉਂ ਲੀਕ ਜਿਹੜਾ ਕੀਤਾ ਗਿਆ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਗਾਣਾ ਜਿਹੜਾ ਕੈਨੇਡਾ ਦੇ ਵਿੱਚ ਟਿਕਟੌਕ ਤੇ ਲੀਕ ਕੀਤਾ ਗਿਆ ਹੈ ਟਿਕਟੌਕ ਤੇ ਕਿਸੇ ਦੇ ਵੱਲੋਂ ਇਸ ਗਾਣੇ ਤੇ ਜੜੀ ਐ ਟਿਕਟੌਕ ਬਣਾਈ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਇਸ ਬਾਬਤ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਸੋ ਸਿੱਧੂ ਮਸੂਏ ਦਾ ਗਾਣਾ ਇੱਕ ਹੋਰ ਲੀਕ ਹੋਇਆ ਹੈ ਐਸਵਾਈਐਲ ਪਹਿਲ ਗਾਣਾ ਲੀਕ ਹੁੰਦਾ ਉਸ ਤੋਂ ਬਾਅਦ ਐਸਵਾਈਐਲ ਗਾਣੇ ਨੂੰ ਜਿਹੜਾ 23 ਜੂਨ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਜਿਸ ਨੇ ਚਾਰੇ ਪਾਸੇ ਧੂਮਾ ਪਾ ਦਿੱਤੀਆਂ ਸੀ ਬੱਚੇ ਬੱਚ ਦੀ ਜ਼ੁਬਾਨ ਤੇ ਐਸਵਾਈਐਲ ਗਾਣਾ ਜਿਹੜਾ ਗੂੰਜ ਰਿਹਾ ਸੀ ਪਰ ਇਸ ਨੂੰ ਜਿਹੜਾ YouTube ਤੋਂ ਬਾਅਦ ਵਿੱਚ ਹਟਾ ਦਿੱਤਾ ਗਿਆ ਲੇਕਿਨ ਹੁਣ ਇੱਕ ਵਾਰ ਫਿਰ ਸਿੱਧੂ ਮਸੂਏ ਦਾ ਗਾਣਾ ਜਿਹੜਾ ਲੀਕ ਹੋ ਚੁੱਕਾ ਹੈ ਹਾਲਾਂਕਿ ਪਰਿਵਾਰ ਤਵੇ ਵੱਲੋਂ ਲੱਗਾ ਤਾਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਜੋ ਗਾਣੇ ਲੀਕ ਕੀਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਹੁਣ ਇਸੇ ਗੱਲ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਨਵਾਂ ਗਾਣਾ ਸਿੱਧੂ ਮਸਲ ਦਾ ਲੀਕ ਹੋਇਆ ਉਸ ਨੂੰ ਲੈ ਕੇ ਜਿਹੜਾ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਇਹ ਵੀ ਚੇਤਾਵਨੀ ਦੇ ਦਿੱਤੀ ਕਿ ਅਗਰ ਇਨ੍ਹਾਂ ਗਾਣਿਆਂ ਦੇ ਉੱਤੇ ਕੋਈ ਰੀਲ ਬਣਾਵੇਗਾ ਕੋਈ ਟਿਕਟੋਕ ਬਣਾਵੇਗਾ ਤੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਸਤੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਇਥੋਂ ਤੱਕ ਅਗਰ ਕਿਸੇ ਦੇ ਵੱਲੋਂ ਇਹ ਗਾਣਾ ਵਾਇਰਲ ਕੀਤਾ ਗਿਆ ਸ਼ੇਅਰ ਕੀਤਾ ਗਿਆ ਜੋ ਅੱਗੇ ਕਿਸੇ ਨੂੰ ਫੋਰਵਰਡ ਕੀਤਾ ਗਿਆ ਉਸ ਤੇ ਉੱਤੇ ਵੀ ਜਿਹੜਾ ਸਖਤ ਐਕਸ਼ਨ ਲਿਆ ਜਾਵੇਗਾ ਸੋ SYL ਗਣੇ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗਾਣਾ ਜਿਹੜਾ ਲੀਕ ਹੋਇਆ ਪਰਮਾਨਸਾ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਜਿਹੜੀ ਹੈ ਕੀਤੀ ਗਈ ਹੈ ਤੇ ਚਾਰ ਲੋਕਾਂ ਨੂੰ ਵੀ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਸਵਾਲ ਜਵਾਬ ਕੀਤੇ ਜਾਣਗੇ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਕਿਉਂ ਲੀਕ ਕੀਤਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਸੀ ਕਿ ਇਹ ਜਾ ਰਿਹਾ ਸੀ ਸਿੱਧੂ ਮੁਸਲ ਦੇ ਪਿਤਾ ਦੇ ਵੱਲੋਂ ਕਿਹਾ ਜਾ ਰਿਹਾ ਸੀ ਬਲਕੌਰ ਸਿੰਘ ਨੇ ਕਿਹਾ ਸੀ ਕਿ 2 ਮਹੀਨੇ ਪਹਿਲਾਂ ਸਿੱਧੂ ਮੁਸੇਵਾਲ ਦੇ ਵੱਲੋਂ ਜਿਹੜਾ ਗਾਣਾ ਰਿਕਾਰਡ ਕੀਤਾ ਗਿਆ ਸੀ S Y L ਪਰ ਉਸ ਨੂੰ ਜਿਹੜਾ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਲੀਕ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਤੇ ਪੁਲਿਸ ਨੇ ਸ਼ਿਕਾਇਤ ਦੇ ਦਾਅਤਿਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਸੀ ਕਾਬੂ ਵੀ ਕੀਤਾ ਸੀ ਜਦੋਂ ਸਿੱਧੂ ਮੁਸੇਵਾਲ ਦੇ ਘਰ ਉਸ ਵਿਅਕਤੀ ਨੂੰ ਲਜਾਇਆ ਗਿਆ ਤੇ ਸਿੱਧੂ ਮੁਚਲ ਦੀ ਮਾਤਾ ਦੇ ਵੱਲੋਂ ਕਹਿ ਦਿੱਤਾ ਗਿਆ ਕੀ ਇਸ ਸਖਸ਼ ਨੂੰ ਜਿਹੜਾ ਮਾਫ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਪੁਲਿਸ ਨੇ ਸਭ ਨੂੰ ਜੜੀਆਂ ਚੇਤਾਵਨੀ ਦੇ ਦਿੱਤੀ ਸੀ ਕਿ ਅਗਰ ਦੁਬਾਰਾ ਮੁਸੇਵਾਲੇ ਦਾ ਕੋਈ ਗਾਣਾ ਲੀਕ ਹੋਵੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਤੋਂ ਬਾਅਦ ਹੋਏ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਸਿੱਧੂ ਮੁਸੇਵਾਲਾ ਦਾ ਗਾਣਾ ਲੀਕ ਹੁੰਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੜੀਆਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਚਾਰ ਲੋਕਾਂ ਨੂੰ ਵੀ ਜੜਾ ਗ੍ਰਿਫਤਾਰ ਕੀਤਾ ਜਾਂਦਾ ਤੇ ਕੈਨੇਡਾ ਦੇ ਵਿੱਚ ਕਿਸੇ ਨੇ ਟਿਕਟੋਕ ਤੇ ਜੜਾ ਇਹ ਗਾਣਾ ਲੀਕ ਕੀਤਾ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਆ ਸਖਤ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਚੇਤਾਵਨੀ ਦੇ ਦਿੱਤੀ ਕਿ ਅਗਰ ਦੁਬਾਰਾ ਕਿਸੇ ਦੇ ਵੱਲੋਂ ਇਸ ਗਾਣੇ ਨੂੰ ਅੱਗੇ ਪਹੁੰਚਾਇਆ ਜਾਂਦਾ ਕਿਸੇ ਨੂੰ ਫੋਰਵਰਡ ਕੀਤਾ ਜਾਂਦਾ ਜਾਂ ਇਸ ਗਾਣੇ ਤੇ ਕਿਸੇ ਦੇ ਵੱਲੋਂ ਰੀਲ ਬਣਾਈ ਜਾਂਦੀ ਹੈ ਤੇ ਉਸ ਨੂੰ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਸੋ ਸਿੱਧ ਮੁਸੇਲ ਦੇ ਗਾਣੇ ਨੂੰ ਲੈ ਕੇ ਜੜੀ ਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਸਵਾਈਐਲ ਗਾਣਾ ਪੂਰਾ ਜਿਹੜਾ ਸੁਰਖੀਆਂ ਬਟੋਰੀਆ ਸੀ ਜਿਸ ਤੇ ਵਿੱਚ ਪਾਈ ਚਰਕਾਂ ਸਾਂਝ ਤੇ ਗੱਲ ਕੀਤੀ ਸੀ ਹਰਿਆਣਾ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ ਜਿਹੜੀ ਆ ਗੱਲਬਾਤ ਕੀਤੀ ਸੀ ਕਿਉਂਕਿ ਅਕਸਰ ਹੀ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਾਣੀ ਦਾ ਮੁੱਦਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਸੀ ਕਈ ਸਿਆਸਤ ਵੀ ਇਸ ਜਿਹੜੇ ਪਾਣੀ ਦੇ ਉੱਤੇ ਹੋ ਰਿ ਇਸ ਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਵੱਲੋਂ ਐਸਵਾਈਐਲ ਦੇ ਵਿੱਚ ਸਾਰੀ ਜਿਹੜੀ ਸਚਾਈ ਬਿਆਨ ਕੀਤੀ ਗਈ ਸੀ ਤੇ ਇਹ ਗਾਣਾ ਜਿਹੜਾ ਬਾਅਦ ਵਿੱਚ ਸਰਕਾਰ ਦੇ ਵੱਲੋਂ ਰਿਮੂਵ ਕਰ ਦਿੱਤਾ ਜਾਂਦਾ YouTube ਦੇ ਵਿੱਚ ਵਿੱਚੋਂ ਜਿਹੜਾ ਰਿਮੂਵ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਤੇ ਵਿੱਚ ਕਾਫੀ ਨਿਰਾਸ਼ਾ ਪਾਈ ਜਾਂਦੀ ਹੈ ਤੇ ਹੁਣ ਇੱਕ ਹੋਰ ਜਿਹੜੀ ਆ ਗਾਣੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਫੋਰ ਗਾਣਾ ਜਿਹੜਾ ਸਿੱਧੂ ਮੂਸੇਵਾਲੇ ਦਾ ਲੀਕ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੁਰੰਤ ਜਿਹੜਾ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਗਰ ਦੁਬਾਰਾ ਕਿਸੇ ਦੇ ਵੱਲੋਂ ਇਹ ਗਾਣਾ ਸ਼ੇਅਰ ਕੀਤਾ ਗਿਆ ਜਾਂ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਗਿਆ ਕਿਸੇ ਨੂੰ ਫੋਰਵਰਡ ਕੀਤਾ ਗਿਆ ਤੇ